ਇਹ ਰੇਡੀਓ ਕਸ਼ਮੀਰ ਜੰਮੂ ਹੈ ਹੁਣ ਤੁਸੀਂ ਰਾਜਨ ਬੜਿਆਲ ਕੋਲ ਖਬਰਾਂ ਸੁਣੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖਿਆ ਜੇ ਨਾਗਰਿਕਤਾ ਸੰਸ਼ੋਧਨ ਅਧਿਨਿਯਮ ਚ ਕਿਸੇ ਦੀ ਵੀ ਨਾਗਰਿਕਤਾ ਖਤਮ ਕਰਨ ਦਾ ਕੋਈ ਪ੍ਰਾਵਧਾਨ ਨਹੀਂ ਹੈ ਸ਼ਿਮਲਾ ਚ ਰੈਲੀ ਕੀ ਸੰਬੋਧਿਤ ਕਰਦੇ ਹੋਏ ਗ੍ਰਹਿ ਮੰਤਰੀ ਹੋਰੇ ਵਿਰੋਧੀ ਧੜ ਦੀ ਅਧਿਨਿਯਮ ਚ ਨਿਆ ਕੋਈ ਵੀ ਅਨੁਛੇਦ ਦੱਸਣੇ ਦੀ ਚੁਣੌਤੀ ਦਿੱਤੀ ਜਿਸ ਚ ਨਾਗਰਿਕਤਾ ਖੁੱਸਣੇ ਦਾ ਪ੍ਰਾਵਧਾਨ ਹੋਇਆ ਗ੍ਰਹਿ ਮੰਤਰੀ ਹੋਰੇ ਆਖਿਆ ਜੇ ਗੁਆਂਢੀ ਮੁਲਕਾਂ ਚ ਧਰਮ ਦੇ ਨਾਂ ਉਪਰ ਉਤਪੀੜਨ ਝੇਲਾ ਰਹੇ ਅਲਪਸੰਖਿਅਕਾਂ ਦੀ ਭਾਰਤ ਦੀ ਨਾਗਰਿਕਤਾ ਦਿੱਤੀ ਜਾਗ ਉਹਨੇ ਆਖਿਆ ਜੇ ਕਾਂਗਰਸ ਤੇ ਉਹਦੇ ਸਹਿਯੋਗੀ ਅਫਵਾਹ ਫੈਲਾ ਕਰਦੇ ਨੇ ਜੇ ਇਸ ਅਧਿਨਿਯਮ ਤਹਿਤ ਅਲਪਸੰਖਿਅਕਾਂ ਦੀ ਨਾਗਰਿਕਤਾ ਖਤਮ ਹੋਈ ਜਾਗ ਗ੍ਰਹਿ ਮੰਤਰੀ ਹੋਰੇ ਅਨੁਛੇਦ 370 ਦੇ ਪ੍ਰਾਵਧਾਨ ਹਟਾਏ ਜਾਣੇ ਤੇ ਅਯੋਧਿਆ ਚ ਰਾਮ ਮੰਦਿਰ ਨਿਰਮਾਣ ਉਪਰ ਸਰਵਉੱਚ ਅਦਾਲਤ ਦੇ ਫੈਸਲੇ ਦੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਉਪਲਬਧੀ ਦੱਸਿਆ ਸ਼੍ਰੀ ਸ਼ਾਹ ਹੋਰੇ ਆਖਿਆ ਜੇ ਮੋਦੀ ਸਰਕਾਰ ਨੇ ਸਮਾਨ ਰੈਂਕ ਸਮਾਨ ਪੈਨਸ਼ਨ ਦੇ ਫੈਸਲੇ ਨੇ ਰਿਟਾਇਰ ਸੈਨਾ ਬਲਾਂ ਦੀ ਲਾਹ ਸਿਲੋ ਹੈ ਉਹਨੇ ਆਖਿਆ ਜੇ ਇਸ ਯੋਜਨਾ ਤਹਿਤ 35,000 ਕਰੋੜ ਰੁਪਏ ਰਿਟਾਇਰ ਸੈਨਾ ਬਲਾਂ ਦੇ ਖਾਤੇ 'ਚ ਜਮ੍ਹਾਂ ਕਰਵਾਏ ਗਏ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੇ ਆਖਿਆ ਜੇ ਜੰਮੂ ਕਸ਼ਮੀਰ 'ਚ ਬੰਨੇ ਉੱਪਰ ਪਾਕਿਸਤਾਨ ਦੀ ਮੂੰਹ ਤੋੜ ਜਵਾਬ ਦਿੱਤਾ ਜਾ ਕਰਦਾ ਹੈ ਕਿ ਜੇ ਅੱਜ ਦੇਸ਼ 'ਚ ਨਰਿੰਦਰ ਮੋਦੀ ਹੋਰ ਪ੍ਰਧਾਨ ਮੰਤਰੀ ਨੇ ਉਹਨੇ ਆਖਿਆ ਜੇ ਦੇਸ਼ ਅੰਦਰ ਜਿਸਲੇ 10 ਵਰ੍ਹੇ ਤੱਕ ਸੋਨੀਆ ਦੇ ਮਨਮੋਹਨ ਦੀ ਸਰਕਾਰ ਰਹੀ ਤਾਂ ਪਾਕਿਸਤਾਨ ਆਸਿਆ ਲਗਾਤਾਰ ਘੁਸਪੈਠ ਜਾਰੀ ਰੱਖੀ ਗਈ ਸਾਡੇ ਜਵਾਨਾਂ ਦੀ ਸ਼ਹੀਦ ਕੀਤਾ ਗਿਆ ਪਰ ਉਸਲੇ ਦੇ ਪ੍ਰਧਾਨ ਮੰਤਰੀ ਹੋਰੇ ਇਸ ਬਾਰੇ 'ਚ ਲਫ਼ਜ਼ ਨਹੀਂ ਆਖਿਆ ਸ਼ਾਹ ਹੋਰੇ ਗਲਾਇਆ ਜੇ ਜਿਸਲੇ ਥਮਾਂ ਨਰਿੰਦਰ ਮੋਦੀ ਹੋਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਦੇ ਨੇ ਤਦੋਂ ਥਮਾਂ ਬੰਨੇ ਉੱਪਰ ਪਾਕਿਸਤਾਨ ਦੀ ਬਨਕ ਦਾ ਪਰਤਾ ਦਿੱਤਾ ਜਾ ਕਰਦਾ ਹੈ ਉਹਨੇ ਆਖਿਆ ਜੇ ਪਾਕਿਸਤਾਨ ਨੇ ਉੜੀ ਅਤੇ ਪੁਲਵਾਮਾ 'ਚ ਸਾਡੇ ਜਵਾਨਾਂ ਉੱਪਰ ਹਮਲਾ ਕੀਤਾ ਅਤੇ ਇਹਦੇ ਪਰਤੇ 'ਚ ਨਰਿੰਦਰ ਮੋਦੀ ਸਰਕਾਰ ਨੇ 10 ਦਿਨਾਂ ਦੇ ਅੰਦਰ ਅੰਦਰ ਸਰਜੀਕਲ ਸਟਰਾਈਕ ਅਤੇ ਹਵਾਈ ਕਾਰਵਾਈ ਕਰੀ ਹੈ ਆਤੰਕਵਾਦੀਆਂ ਦੀ ਉਹਦੇ ਘਰੇ ਅੰਦਰ ਗਏ ਮਾਰੀ ਮਕਾਇਆ ਸੈਨਾ ਪ੍ਰਮੁੱਖ ਜਨਰਲ ਬਿਪਿਨ ਰਾਵਤ ਹੋਰੇ ਆਖਿਆ ਜੇ ਭਾਰਤੀ ਸਸ਼ਸਤਰ ਬਲ ਮਾਨਵਾਧਿਕਾਰ ਕਾਨੂੰਨ ਦਾ ਸਨਮਾਨ ਕਰਦੇ ਨੇ ਉਹਨੇ ਆਖਿਆ ਜੇ ਭਾਰਤੀ ਸੁਰੱਖਿਆ ਬਲ ਛੜਾ ਮੁਲਕੇ ਦੇ ਲੋਕਾਂ ਦੀ ਗੈ ਨਹੀਂ ਸਗੋਂ ਵਿਰੋਧੀਆਂ ਦੇ ਮਾਨਵਾਧਿਕਾਰਾਂ ਦੀ ਰਾਖੀ ਕੀ ਸੁਨਿਸ਼ਚਿਤ ਕਰਦੇ ਨੇ ਜਨਰਲ ਰਾਵਤ ਹੋਰੇ ਆਖਿਆ ਜੇ ਭਾਰਤੀ ਸਸ਼ਸਤਰ ਬਲ ਪੂਰੀ ਚਾਲੀ ਅਨੁਸ਼ਾਸਿਤ ਅਤੇ ਧਰਮ ਨਿਰਪੱਖ ਨੇ ਅਤੇ ਇਨਸਾਨੀਅਤ ਅਤੇ ਸ਼ਰਾਫਤ ਦੇ ਮੁੱਲੇ ਦਾ ਪਾਲਣ ਕਰਦੇ ਨੇ ਉਹ ਕੱਲ੍ਹ ਨਵੀਂ ਦਿੱਲੀ 'ਚ ਯੁੱਧ ਦੌਰਾਨ ਅਤੇ ਯੁੱਧ ਬੰਦੀਆਂ ਦੇ ਮਾਨਵਾਧਿਕਾਰਾਂ ਦੀ ਰੱਖਿਆ ਵਿਸ਼ੇ ਉੱਪਰ ਰਾਸ਼ਟਰੀ ਮਾਨਵਾਧਿਕਾਰ ਆਯੋਗ ਦੇ ਵਰਿਸ਼ਠ ਅਧਿਕਾਰੀਆਂ ਦੇ ਪ੍ਰਸ਼ਿਕਸ਼ੂਆਂ ਦੀ ਸੰਬੋਧਿਤ ਕਰਾ ਕਰਦੇ ਹੈ ਸੈਨਾ ਪ੍ਰਮੁੱਖ ਹੋਰੇ ਆਖਿਆ ਜੇ ਆਤੰਕ ਰੋਧੀ ਅਤੇ ਉਪਦਰਵ ਰੋਧੀ ਕਾਰਵਾਈਆਂ ਬੜੀਆਂ ਗਿਆ ਮੁਸ਼ਕਿਲ ਅਤੇ ਚੁਣੌਤੀ ਵਾਲੀਆਂ ਹੋਈ ਗਈਆਂ ਨੇ ਇਸ ਦੇ ਬਾਵਜੂਦ ਸਸ਼ਸਤਰ ਬਲ ਛੜਾ ਆਤੰਕਵਾਦੀਆਂ ਅਤੇ ਉਪਦਰਵੀਆਂ ਦੀ ਨਿਸ਼ਾਨਾ ਬਣਾਉਂਦੇ ਨੇ ਅਤੇ ਵਿਦੋਸ਼ੇ ਲੋਕਾਂ ਦਾ ਨੁਕਸਾਨ ਨਹੀਂ ਹੋਣ ਦਿੰਦੇ ਜਨਰਲ ਰਾਵਤ ਹੋਰੇ ਆਖਿਆ ਜੇ ਇਸ ਬਰੇ ਅਕਤੂਬਰ 'ਚ ਕੀਤੀ ਗਈ ਇਸ ਪਹਿਲ ਤਹਿਤ ਸੈਨਾ ਪੁਲਿਸ 'ਚ ਮਹਿਲਾਵਾਂ ਦੀ ਭਰਤੀ ਸ਼ੁਰੂ ਕੀਤੀ ਗਈ ਹੈ ਜਿਹਨੇ ਆਤੰਕਵਾਦ ਥਮਾਂ ਪ੍ਰਭਾਵਿਤ ਕਸ਼ਮੀਰ ਦੇ ਉੱਤਰ ਪੂਰਬ ਖੇਤਰਾਂ 'ਚ ਭੀੜ ਉੱਪਰ ਨਿਯੰਤਰਣ ਕਰਨੇ ਅਤੇ ਮਹਿਲਾ ਪ੍ਰਦਰਸ਼ਨਕਾਰੀਆਂ ਦੀ ਤਲਾਸ਼ੀ ਲੈਣ ਦੇ ਕੰਮੇ ਉੱਪਰ ਤੈਨਾਤ ਕੀਤਾ ਜਾਗ ਪਾਕਿਸਤਾਨ ਵੱਲੋਂ ਸਰਹੱਦੀ ਜ਼ਿਲ੍ਹਾ ਰਾਜੌਰੀ 'ਚ ਕੱਲ੍ਹ ਦੂਈ ਵਾਰੀ ਯੁੱਧਬੰਦੀ ਦੀ ਖਿਲਾਫਵਰਜੀ ਕਰਦੇ ਹੋਏ ਭਾਰਤੀ ਅਗੇਤਰੀ ਚੌਕੀਆਂ ਅਤੇ ਨਾਗਰਿਕ ਠਿਕਾਣੇ ਦੀ ਨਿਸ਼ਾਨਾ ਬਣਾਇਆ ਰੱਖਿਆ ਪ੍ਰਵਕਤਾ ਨੇ ਆਕਾਸ਼ਵਾਣੀ ਦੀ ਸੂਚਨਾ ਦਿੱਤੀ ਜੇ ਪਾਕਿਸਤਾਨੀ ਵੱਲੋਂ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ 'ਚ ਨਿਯੰਤਰਣ ਰੇਖਾ ਉੱਪਰ ਸਥਿਤ ਕਲਾਲ ਥਾਰਾ ਸੰਝਾ ਲੈ 6:30 ਵਜੇ ਪਹਿਲੇ ਹਲਕੇ ਹਥਿਆਰੇ ਕੰਨੇ ਅਤੇ ਗੋਲੀਬਾਰੀ ਕੀਤੀ ਅਤੇ ਮਗਰਾ ਮੋਟਾਰ ਦੇ ਗੋਲੇ ਦਾਗੇ ਉਹਾਂ ਮੁਸਤੈਦ ਭਾਰਤੀ ਸੈਨਿਕਾਂ ਇਸ ਗੋਲੀਬਾਰੀ ਦਾ ਤੁਰਤ ਬਨਕ ਦਾ ਪਰਤਾ ਦਿੱਤਾ ਭਾਰਤ ਵਾਲੀ ਬੱਖੀ ਕਿਸੇ ਚਾਲੀ ਦੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ ਇਹਦੇ ਸ਼ਾ ਪਹਿਲੇ ਦੁਪਹਿਰੀ ਕੋਈ 1:15 ਵਜੇ ਪਾਕਿਸਤਾਨੀ ਬਲੇ ਜ਼ਿਲ੍ਹੇ ਦੇ ਸੁੰਦਰਬਨੀ ਖੇਤਰ 'ਚ ਭਾਰਤੀ ਅਗੇਤਰੀ ਚੌਕੀਆਂ ਅਤੇ ਨਾਗਰਿਕ ਇਲਾਕਿਆਂ ਦੀ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਕੱਲ੍ਹ ਬੜਲੇ 11 ਵਜੇ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਵਿਦੇਸ਼ 'ਚ ਰਹਿਣ ਵਾਲੇ ਲੋਕਾਂ ਕੰਨੇ ਆਪਣੇ ਵਿਚਾਰ ਸਾਂਝੇ ਕਰਨਗਨ ਇਹ ਇੱਕ ਮਾਹਵਾਰ ਰੇਡੀਓ ਪ੍ਰੋਗਰਾਮ ਦੀ 60ਵੀਂ ਕਿਸ਼ਤ ਹੋਗ ਜਿਹਦਾ ਪ੍ਰਸਾਰਣ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕ ਉੱਪਰ ਕੀਤਾ ਜਾਗ ਇਹਦੇ ਇਲਾਵਾ ਪ੍ਰਧਾਨ ਮੰਤਰੀ ਹੁੰਦੇ ਦਫ਼ਤਰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਯੂਟਿਊਬ ਚੈਨਲਾਂ ਉੱਪਰ ਵੀ ਇਹਦਾ ਸਿੱਧੇ ਤੌਰ ਉੱਪਰ ਪ੍ਰਸਾਰਣ ਹੋਗ ਆਕਾਸ਼ਵਾਣੀ ਆਸਿਆ ਹਿੰਦੀ ਪ੍ਰਸਾਰਣ ਦੇ ਫੌਰਨ ਮਗਰਾਂ ਇਹਦਾ ਖੇਤਰੀ ਭਾਸ਼ਾਵਾਂ 'ਚ ਵੀ ਪ੍ਰਸਾਰਣ ਕੀਤਾ ਜਾਗ ਖੇਤਰੀ ਭਾਸ਼ਾਵਾਂ 'ਚ ਇਹਦਾ ਪ੍ਰਸਾਰਣ ਰਾਤੀ 8 ਵਜੇ ਪਰਤੀਏ ਵੀ ਕੀਤਾ ਜਾਗ ਜੰਮੂ ਥਮਾਂ ਸ਼੍ਰੀਨਗਰ ਦੀ ਜੋੜਨੇ ਵਾਲੀ ਰਾਸ਼ਟਰੀ ਜਰਨੈਲੀ ਸੜਕ ਨੈਸ਼ਨਲ ਹਾਈਵੇ 44 ਉੱਪਰ ਅੱਜ ਇੱਕ ਬੱਖੀ ਗੱਡੀਆਂ ਦੀ ਛੋੜਿਆ ਜਾ ਰਿਹਾ ਹੈ ਟ੍ਰੈਫਿਕ ਪੁਲਿਸ ਦੇ ਹਵਾਲੇ ਥਮਾਂ ਹੋਈ ਦੀ ਜਾਣਕਾਰੀ ਮੁਤਾਬਕ ਅੱਜ ਲੋਕੀ ਗੱਡੀਆਂ ਦੀ ਜੰਮੂ ਥਮਾਂ ਸ਼੍ਰੀਨਗਰ ਲਈ ਬੜਲੇ 8 ਵਜੇ ਥਮਾਂ 11 ਵਜੇ ਤੋੜੀ ਅਤੇ ਬੜਲੇ 9 ਵਜੇ ਥਮਾਂ 1 ਵਜੇ ਤੋੜੀ ਜਖੈਣੀ ਉਧਮਪੁਰ ਥਮਾਂ ਛੋੜਿਆ ਜਾ ਕਰਦਾ ਹੈ ਇਹਦੇ ਪ੍ਰੰਤ ਵੱਡੀਆਂ ਗੱਡੀਆਂ ਦੀ ਮੌਸਮ ਸਾਫ਼ ਹੋਣ ਦੀ ਸੂਰਤ ਹੈ ਜਗ੍ਹਾ ਸ਼੍ਰੀਨਗਰ ਲਈ ਛੋੜਿਆ ਜਾਗ ਰਮਸੂ ਅਤੇ ਜਵਾਹਰ ਟਨਲ ਦੇ ਦਰਮਿਆਨ ਕਿਸ ਥਾਰੇ ਉੱਪਰ ਸ਼ਿੜਕਾਂ ਉੱਪਰ ਤਲੈਟ ਦੇ ਬਰਫੂ ਦੇ ਪਾਣੀ ਦੇ ਚਲਦੇ ਟ੍ਰੈਫਿਕ ਦੀ ਸਾਮਾਨਿਆ ਆਮੋਦਰਫ਼ ਪ੍ਰਭਾਵਿਤ ਹੋਈ ਹੈ
नगरोटा ट्रैफिक टोल प्लाजा उप्पर कश्मीर जाने आह्ली गड्डियें दे रुकने दे चलदे कल उत्थें बड़े बड्डे जाम जनेही स्थिति बनी दी रही। ड्राइवर गड्डियें गी रोकने दे चलदे प्रदर्शन भी कीता। इस दे तकरीबन 1000 गड्डी बत्ता फसी दी है, जिहदे चलदे केई किलोमीटर तोड़ी बड्डे जाम दी स्थिति बनी दी है। ड्राइवरें अपने ट्रक शिड़का उप्पर गै खड़ेरी दित्ते दे, जिहदे चलदे दुइयें थाहरें उप्पर गड्डियें दी आवो दरफ भी प्रभावित होआ करदी है। जम्मू कश्मीर सरकारै इक महत्वपूर्ण फैसला करदे होई साबका जम्मू कश्मीर राज्य दे भारत च शामिल होने आले दिन 26 अक्तूबर दी छुट्टी दी घोषणा कीती है। नैशनल कांफ्रेंस दे संस्थापक शेख अब्दुल्ला हुंदे जन्मदिवस ते शहीदी दिवस आली दऊं छुट्टियें गी साल 2020 दे अवकाश कैलेंडर थमां हटाई दित्ता गेआ है। केंद्र शासित प्रदेश जम्मू कश्मीर दी सरकारै पासेआ सरकारी छुट्टियां आली लिस्ट कल जारी कीती गेई, जेहड़ी साबका जम्मू कश्मीर राज्य दे दऊं केंद्र शासित प्रदेशें च तब्दील कीते जाने मगरा जारी कीती गेई। पहली लिस्ट ऐ शेख अब्दुल्ला हुंदी जयंती 5 दिसंबर गी हुंदी ऐ, जिसलै कि शहीदी दिवस 13 जून गी। एह दोवें छुट्टियां साल 2020 दे सरकारी कैलेंडर थमां हटाई दित्तियां गेईयां न। एह्दे कन्नै गै डोगरी खबरें दा एह बुलेटिन समाप्त होआ।